ਉਸਤਾਦ ਜੀ ਅਲਮੋਨੀਅਮ ਵਾਲਾ ਲੈਣਾ ਪਿਆ ਲਾਕ ਦੇ ਵਿੱਚ, ਚਾਚਾ ਰੋਸ਼ਨ ਅਤੇ ਸਿਜਾਰ ਕੀਤੀ ਖੜੇ ਸੁਰਾਖ ਅਲਮੋਨੀਅਮ ਦਾ, ਅਤੇ ਕੁਛ ਨਜ਼ਰ ਨਹੀਂ ਪੀ ਆਉਂਦੇ, ਸਭ ਕੁਛ ਨਜ਼ਰ ਆਉਣਾ ਚਾਹੀਦਾ। ਉਹ ਮੇਰੇ ਸ਼ੀਸ਼ਾ ਪੁੱਠਾ ਦਿਨ ਲਈ ਖੜਾ ਬਾਹ ਲੱਗੇ ਤੇ ਕੂ ਅਲਮੋਨੀਅਮ ਵਾਲੀ ਵਿੰਡੋ ਲੱਗੀ ਵੀ ਹੈ। ਖੜੂ ਦੇਖਣ ਲੂਡੂ ਕਈ ਬੁਲਾਏ ਭਾਈ, ਕਈ ਬੁਲਾਏ ਇਹ ਬਾਈਜਨ ਕਿਆ ਪਿਕ ਲੈਂਦੇ ਵੇ ਬਹੁਤ ਬਾਈਜਨ ਸਾਰਾ ਇਤਨਾ ਸਖੀ ਨਾਇਕ ਹੈ, ਇਹ ਮੁਦੱਸਰ ਇਹਦਾ ਮੁਨਸ਼ੀ ਵੀ ਹੈ, ਨਾਇਕ ਵੀ ਹੈ ਯਾਰ ਥੋੜ੍ਹਾ ਥੋੜ੍ਹਾ, ਅਤੇ ਇਤਨਾ ਸਖੀ ਅੱਜ ਬਹੁਤ ਗਏ ਨਾ, ਉਹ ਬੋਤਲ ਗਈ ਕਿਡੇ ਇਹਦੇ ਨਿੱਕਾ ਲੁੱਕ ਲੁੱਕ ਕੇ ਪੀਂਦਾ ਬੈਠੋ, ਉਹ ਉੱਥੇ ਦੀ ਨਾ ਨਹੀਂ ਜਵਾਨ ਦੇਵੇ ਪਾ ਯਾਰ, ਬੋਤਲ ਪਾ ਬੋਤਲ ਮੁੱਕੀ ਪੈਂਦੀ ਹੈ ਬਾਈਜਨ, ਅਸੀਂ ਪੀਂਦੇ ਕਹਿਣ ਲੱਗੇ ਨਾ ਅੱਜ ਬੋਤਲ ਪੀਂਦੇ ਪਏ ਬਾਈਜਨ, ਥੋੜ੍ਹੀ ਥੋੜ੍ਹੀ ਜਿਵੇਂ ਜੇ ਸਾਰਿਆਂ ਕੋਲ ਪੂਰੀ ਥੀ ਵੀ ਨਹੀਂ, ਕੰਜੂਸਾਂ ਦੇ ਨਾਨਿਆਂ ਡੇਢ ਲੀਟਰ ਮੰਗਵਾ ਦਿੱਤੀ, ਬੜਾ ਖਰਚਾ ਕੱਢ ਦਿੱਤਾ, ਇਹ ਮੇਰਾ ਖਿਆਲ ਹੈ ਮੇਰੇ ਵਾਸਤੇ ਬਹੁਤ ਜ਼ਿਆਦਾ ਪਾਤੀ ਆਉਂਦੇ, ਮੇਰੇ ਕੋਲ ਲੱਗਦੀ ਵੀ ਚੋਰੀ ਪਕੜੀ ਗਏ, ਬਸ 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 ਮੈਂ ਥੋੜ੍ਹੀ ਪੀਂਦਾ ਹੂੰ ਬਸ। ਅਤੇ ਇਹ ਉਸਤਾਦ ਸਈਦ ਪਲੰਬਰ ਸੀ ਅੰਦਰ ਬਾਥਰੂਮ ਦੇ ਫਿਟਿੰਗ ਸ਼ਾਵਰ ਲੈਂਦਾ ਬੈਠੇ, ਅਤੇ ਬੋਤਲ ਆ ਗਈ, ਬੋਤਲ ਪੀਣੀ ਮਜ਼ੇ ਮਜ਼ੇ ਮਜ਼ਾ ਨਹੀਂ ਉਸਤਾਦ ਜੀ। ਤਰੇ ਗੁੱਟੀਆਂ ਬੀਤੇ ਬਸ ਠੀਕ ਹੈ, ਮੈਂ ਵਾਕਿਆ ਪੈਪਸੀ ਗੱਲ ਕੀਤਾ ਮੇਰੀ ਕੌਣ ਵੀ ਸੀ, ਲੇਕਿਨ ਸਹੀ ਤੂੰ ਬੀਜਾ ਸਹੀ ਦੋ ਸ਼ਾਨੇ, ਲੇਕਿਨ ਬੋਤਲ ਪੀਵੋ ਯਾਰ ਮਜ਼ੇ ਕਰੋ ਭਾਈ। ਮੁਦੱਸਰ ਬਈ ਸਕੇ ਮੁਦੱਸਰ ਬਈ ਸ਼ੁਕਰੀਆ, ਤੁਸੀਂ ਬੋਤਲ ਪਿਲਾਈਏ ਲੇਬਰ ਕੋ ਅੱਜ ਇਤਨਾ ਖਰਚਾ ਕੱਢਦੇ ਹੋਏ, ਅਸਾਂ ਖੁਦ ਪਰੇਸ਼ਾਨ ਹੈ, ਜਿਹੜਾ ਤੁਸੀਂ ਖਰਚਾ ਕੀਤਾ ਹੋਵੇ ਨਾ ਬੋਤਲ ਕੁਛ ਮਿਲਾਈਏ ਵੇ ਬਈ, ਜੁਮਾ ਰਾਤ ਪੈਸੇ ਨਾ ਮੰਗਣ ਬਈ ਜੀ, ਪੈਸੇ ਤੁਹਾਡੇ ਕੋਲ ਅੱਜ ਗਿਣਸੋ ਟੈਨਸ਼ਨ ਨਹੀਂ ਗਿਣਦੇ ਅੱਜ।